ਹਾਂਜੀ ਪੜੋ ਪਹਿਲਾਂ ਤਾਂ ਕਿੱਥੇ ਖੜੇ ਜਿਹੜੇ ਆਪਣੇ ਵੀ ਰੌਲਾ ਪਾਉਂਦੇ ਨੇ ਨਾ ਵੀ ਭਈਏ ਪੰਜਾਬ 'ਚੋਂ ਕੱਢਣੇ ਨੇ ਭਈਏ ਪੰਜਾਬ 'ਚੋਂ ਕੱਢਣੇ ਨੇ ਇਹ ਵੀਡੀਓ ਉਹਨਾਂ ਤੱਕ ਪਹੁੰਚ ਨਹੀਂ ਕਰੋ ਜਾਂ ਫਿਰ ਉਹ ਵੀ ਦੇਖਣ ਵੀ ਹੁਣ ਲੁਧਿਆਣੇ ਫਿਰਦੇ ਹਾਂ ਸਬਜ਼ੀ ਮੰਡੀ ਕੋਲ ਮੈਨੂੰ ਦੱਸ ਦਿਓ ਵੀ ਲੱਭੇ ਦੇ ਵੀ ਕੋਈ ਬੰਦਾ ਉਰੇ ਮੈਨੂੰ ਸਰਦਾਰ ਦਿਖਦਾ ਪੰਜਾਬੀ ਆਹ ਦੇਖਿਓ ਤੋਂ ਦੇਖਦਾ ਕਹਿੰਦੇ ਨੇ ਭਈਏ ਭਾਈ ਭਈਆਂ ਬਿਨਾ ਮੈਨੂੰ ਐਂ ਦਾ ਉਹ ਦੇ ਲਾ ਆਟੋ ਦੇਖਦੇ ਆ ਲਾ ਆਟੋ ਲਾ ਰੇਹੜੀਆਂ ਕੀ ਸਾਰਾ ਕੁਛ ਮੈਨੂੰ ਐਂ ਦੱਸ ਦਿਓ ਵੀ ਜਿੱਦਾਂ ਮੈਂ ਉੱਥੋਂ ਉਤਰ ਕੇ ਆਇਆ ਮੇਰੀ ਗੱਡੀ ਖੜੀ ਆ ਉਰੇ ਅੰਦਰ ਕੱਲ੍ਹ ਖਾਲੀ ਨਹੀਂ ਸੀ ਉਹੀ ਟਮਾਟਰ ਲੈ ਕੇ ਆਏ ਸੀ ਭਰ ਕੇ ਅੱਜ ਖਾਲੀ ਹੋ ਜੂਗੀ ਸਾਰੀ ਹੁਣ ਮੈਂ ਗੱਡੀ ਲੈਣ ਆਇਆ ਮੈਂ ਦੇਖ ਕੇ ਜਾਣੀ ਹੈਰਾਨ ਹੋਇਆ ਪਿਆ ਬਾਈ ਜਿੱਦਾਂ ਫਿਰਦਾ ਹੈ ਇੱਕ ਨੇ ਮੈਂ ਕੱਲ੍ਹ ਜਾਂਦੇ ਨੇ ਦੇਖਿਆ ਐਂ ਲੱਗਦਾ ਜਿਵੇਂ ਬਿਹਾਰ ਇੱਕ ਸਰਦਾਰ ਬੰਦਾ ਦੇਖਿਆ ਉਹਨੇ ਜਿੱਦਾਂ ਐਂ ਲੱਗਦਾ ਵੀ ਜਿਵੇਂ ਬਿਹਾਰ 'ਚ ਆ ਗਏ ਇਹ ਹਾਲ ਹੋਇਆ ਪਿਆ ਏ ਅਰੇ ਗੱਲਾਂ ਕਰਦੇ ਨੇ ਲੋਕ ਆਪਣੇ ਵੀ ਭਈਏ ਐਂ ਕਰਨਾ ਭਜਾਉਣੇ ਨੇ ਆਹ ਕਰਨਾ ਕੱਢਣੇ ਨੇ ਕੰਮ ਚੱਲ ਜੂ ਇੱਥੇ ਇਹਨਾਂ ਦਾ ਸਿੱਕਾ ਚੱਲਦਾ ਜੇ ਕੋਈ ਆਪਣਾ ਬੰਦਾ ਕੋਈ ਰੇਹੜੀ ਲਾਉਂਦਾ ਜਾਂ ਕੋਈ ਕੰਮ ਕਰਦਾ ਇਹ ਦਾਦਾਗਿਰੀ ਕਰਦੇ ਨੇ ਪੈਂਦੇ ਨੇ ਉਹਨੂੰ ਠੀਕ ਆ ਆਹਦੇ ਟਾਮਾ ਟਾਮਾ ਸਰਦਾਰ ਦਿਖਦਾ ਏ ਕੇਲੇ ਇਹਨਾਂ ਨੇ ਕਿਲੋਆਂ 'ਚ ਵਿਕਣ ਲਾ ਤੇ ਦਰਜਨਾਂ ਤੋਂ ਬੋਲਿਆ ਕੋਈ ਚੂ ਕੀਤੀ ਕਿਸੇ ਨੇ ਠੀਕ ਨਹੀਂ ਕੇਲੇ ਇਹਨਾਂ ਨੇ ਕਿਲੋਆਂ 'ਚ ਵਿਕਣ ਲਾ ਤੇ ਆਪਣੇ ਜਿਹੜਾ ਬੋਲਦਾ ਉਹਦੇ ਫਿਰ ਗਲ ਪਾਉਂਦੇ ਆ ਹੈ ਹੀ ਨਹੀਂ ਆਪਣੇ ਲੋਕਾਂ ਦਾ ਏਕਾ ਨਹੀਂ ਹੈਗਾ ਜਮਾਂ ਹੀ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਤਾਂ ਆਪਸ 'ਚ ਲੜ ਪੈਣਾ ਸਦਾਈਆਂ ਨੇ ਪੰਜਾਬੀਆਂ ਨੇ ਠੀਕ ਨਹੀਂ ਇਹ ਹਾਲ ਆ ਹੁਣ ਸਬਜ਼ੀ ਮੰਡੀ ਜਾ ਕੇ ਦਾਣਾ ਮੰਡੀ ਚਲੇ ਜਾਓ ਕਿਸੇ ਫੈਕਟਰੀ 'ਚ ਚਲੇ ਜਾਓ ਆਪਾਂ ਇਹਨਾਂ ਨੂੰ ਮਾੜਾ ਨਹੀਂ ਕਹਿੰਦੇ ਕੋਈ ਗੱਲ ਨਹੀਂ ਇਹ ਵੀ ਕੰਮ ਕਰਦੇ ਨੇ ਆਪਣੇ ਲੋਕ ਵੀ ਇੱਥੋਂ ਬਾਹਰਲੇ ਮੁਲਕਾਂ 'ਚ ਜਾ ਕੇ ਮਿਹਨਤਾਂ ਕਰਦੇ ਨੇ ਹੈ ਨਾ ਉਹੀ ਆਪਾਂ ਇਹਨੂੰ ਮੜ ਪਰ ਮੈਂ ਉਹਨਾਂ ਨੂੰ ਕਹਿੰਦਾ ਵੀ ਜਿਹੜੇ ਵੀਰ ਕਹਿੰਦੇ ਨੇ ਵੀ ਇਹਨਾਂ ਨੂੰ ਭਜਾਉਣਾ ਹੈ ਫਲਾਣਾ ਅਤੇ ਕੰਮ ਨੂੰ ਆਇਆ ਵੀ ਇੰਨਾ ਕੰਮ ਕੋਈ ਸਾਂਭ ਲੂ ਇਹਨਾਂ ਬਿਨਾਂ ਕੰਮ ਚੱਲ ਜੂ ਰੇ ਸਹੀ ਦੱਸਿਓ ਵੀ ਇਹਨਾਂ ਬਿਨਾਂ ਚੱਲ ਜੂਗਾ ਕਿ ਨਹੀਂ ਚੱਲ ਜੂ ਮੇਰੇ ਹਿਸਾਬ ਨਾਲ ਤਾਂ ਇਹਨਾਂ ਬਿਨਾਂ ਨਹੀਂ ਚੱਲ ਸਕਦਾ ਬਾਈ ਵੀ ਨਹੀਂ ਕਿਉਂਕਿ ਆਪਣੇ ਪੰਜਾਬ ਦੇ ਮੁੰਡੇ ਤਾਂ ਜਿੰਨੇ ਸਭ ਪੜ੍ਹੇ ਲਿਖੇ ਪੜ੍ਹ ਪੁੜ ਕੇ ਜਿਹੜੇ ਨਹੀਂ ਪੜ੍ਹੇ ਉਹ ਵੀ ਇੱਥੇ ਕੁਛ ਕੰਮਾਂ 'ਚ ਜਾਂ ਜ਼ਿਆਦਾਤਰ ਸਭ ਬਾਹਰ ਨਿਕਲ ਗਏ ਠੀਕ ਨਹੀਂ ਖੇਤੀਆਂ ਆਪਣੀ ਖੇਤੀ ਇਹ ਨਹੀਂ ਬਈਏ ਬਈਆਂ ਬਿਨਾਂ ਆਪਾਂ ਨਹੀਂ ਖੇਤੀ ਕਰ ਸਕਦੇ ਪਹਿਲਾਂ ਠੀਕ ਆ ਹੋਰ ਆਪਣੇ ਲੋਕ ਟਰੱਕਾਂ ਦਾ ਟਰਾਂਸਪੋਰਟ ਦਾ ਕੰਮ ਕਰਦੇ ਆ ਇਕੱਲੇ ਇਕੱਲੇ ਫਿਰਦੇ ਐਡੇ ਐਡੇ ਟਰਾਲੇ ਘੋੜੇ ਲਈ ਬੰਦਾ ਕੋਈ ਨਾਲ ਨਹੀਂ ਮਿਲਦਾ ਕਿਉਂਕਿ ਆਪਣੇ ਲੋਕ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਅਤੇ ਲੋਕ ਫਿਰ ਇਹਨੂੰ ਕਹਿੰਦੇ ਨੇ ਵੀ ਲੋਕ ਇਹ ਗੱਡੀਆਂ ਵਾਲੇ ਨਸ਼ਾ ਕਰਦੇ ਨੇ ਲੋਕ ਲੈਣ 'ਚ ਨਹੀਂ ਪੈਣ ਦਿੰਦੇ ਵੀ ਟਰੱਕਾਂ ਵਾਲਾ ਧੰਦਾ ਮਾੜਾ ਪਰ ਉਹ ਲੋਕ ਇਹ ਵੀ ਦੇਖਣ ਠੀਕ ਆ ਆਪਣਾ ਮਾੜਾ ਜਿਹਾ ਖੋਪੜੀ ਨਾਲ ਸੋਚਣ ਆਪਣੀ ਸੋਚ ਬਦਲਣ ਵੀ ਟਰੱਕਾਂ ਵਾਲੇ ਨਸ਼ਾ ਕਰਦੇ ਆ ਵੱਧ ਇੱਕ ਟਰੱਕਾਂ ਵਾਲੇ ਨਾਲੋਂ ਵੱਧ ਪਿੰਡਾਂ 'ਚ ਹਾਲ ਵੱਧ ਬੁਰਾ ਟਰੱਕਾਂ ਵਾਲੇ ਤਾਂ ਜੇ ਵੱਧ ਤੋਂ ਵੱਧ ਨਸ਼ਾ ਕਰਦੇ ਆ ਬਾਈ ਫੀਮ ਜਾਂ ਭੁੱਕੀ ਠੀਕ ਨਹੀਂ ਉਹ ਤੋਂ ਵੱਧ ਦੁੱਗਣਾ 24 ਘੰਟੇ 48 ਘੰਟੇ ਗੱਡੀਆਂ ਚਲਾਉਂਦੇ ਆ ਆਪਣੇ ਪਰਿਵਾਰ ਪਾਲਦੇ ਆ ਕਿਸ਼ਤਾਂ ਮੋੜਦੇ ਆ ਪਰ ਜਿਹੜੇ ਪਿੰਡਾਂ 'ਚ ਵਿਹਲੇ ਬੈਠੇ ਆ ਚਿੱਟਾ ਸਮੈਕ ਹੋਰ ਪਤਾ ਨਹੀਂ ਕੀ ਠੀਕ ਨਹੀਂ ਇਹ ਟਰੱਕਾਂ ਟਰੁੱਕਾਂ ਵਾਲੇ ਤਾਂ ਬਦਨਾਮ ਹੀ ਰਹਿ ਗਏ ਵੀਰੇ ਪਰ ਹੁਣ ਤਾਂ ਕੱਟ ਗਏ ਲੋਕ ਦੁਨੀਆ ਬਹੁਤ ਗਾਹਾਂ ਤੋਂ ਗਾਹਾਂ ਪਹੁੰਚੀ ਪਈ ਆ ਚਲੋ ਠੀਕ ਆ ਵੀਰੇ ਧੰਨਵਾਦ ਦੱਸਿਓ ਜ਼ਰੂਰ